हाँ जी, मेरे वालों सारा नु प्यार भरी सत श्री अकाल, सलाम नमस्कार। किवें हो जी तुसी सारे? आई होप यू ऑल वेल। उपर वाला सारा नु इसे तरह खुश रखे। हाँ जी व्यूवर, अज मैं पहले ही कहना कि अगर तुहानू थोड़ी जी भी वीडियो पसंद आउंदी आ तां इस नु लाइक शेयर ते चैनल नु सबसक्राइब जरूर कर दिया करो, ताकि सानू होर भी ज्यादा मोटिवेशन मिले। थैंक यू। तो चलते हैं फिर अज दी वीडियो दे वल। मैं भी यार वाला नू कलर कर लिया सी, फेस दी लुक वधिया आउंदी आ थोड़ी जी। हाँ जी, अज दा ये ब्लॉग करवा चौथ सैलीब्रेशन दा। सवेरा नू सब नू ज्यादा चौ सीगा सलवार सूट पाउणा, मैं मेकअप करना जिवें मम्मी हुणा ने करिया उंजी सारा। ज्यों ज्यों वड्डी हो जांदी आ हुण इहनू समझ आउंदी जांदी आ, ते हर एक चीज़ विच पार्टीसपेट करदी आ हुण इह। जो भी कम करना जां कोई तैयार ब्यार होना, सब तो पहला उहने होना। मेकअप करन दा बहुत शौक आ हुणे तों। ਇੱਥੇ ਹਰਪ੍ਰੀਤ ਕਰੂਆਂ ਦੇ ਵਿੱਚ ਸਮਾਨ ਪਾ ਰਹੀ ਹੈ, ਜੋ ਅਸੀਂ ਪਾਉਂਦੇ ਹਾਂ ਪਹਿਲਾਂ ਪਾਣੀ ਨਾਲ ਭਰ ਕੇ ਕਰੂਗੇ, ਫਿਰ ਉਹਨਾਂ ਉੱਤੇ ਜਿਹੜੀਆਂ ਠੂਠੀਆਂ ਹੁੰਦੀਆਂ ਉਹਨਾਂ ਦੇ ਵਿੱਚ ਇੱਕ ਤੇ ਚੌਲ ਅਤੇ ਇੱਕ ਦੇ ਵਿੱਚ ਉਹ ਚੀਨੀ ਪਾਉਂਦੇ ਹਾਂ। ਉੱਪਰ ਇੱਕ ਖੱਬਲ ਰੱਖਦੇ ਹਾਂ ਖੰਮਣੀ ਦੇ ਨਾਲ ਬੰਨ੍ਹ ਕੇ, ਇੱਕ ਫਿਰ ਚੁਟਕੀ ਚੁਟਕੀ ਹਲਦੀ ਪਾਉਂਦੇ ਹਾਂ, ਅਤੇ ਬਸ ਉਹ ਜਾਂ ਫਰੂਟ ਰੱਖੇ ਹੁੰਦੇ ਨੇ ਥਾਲੀ ਵਿੱਚ। ਹੋਰ ਤਾਂ ਜ਼ਿਆਦਾ ਅਸੀਂ ਕੁਛ ਨਹੀਂ ਕਰਦੇ, ਅਸੀਂ ਕਥਾ ਵੀ ਨਹੀਂ ਸੁਣਦੇ ਵੈਸੇ, ਸਾਡੇ ਉਹ ਵੀ ਰਿਵਾਜ਼ ਨਹੀਂ ਹੈਗਾ, ਸਾਡੇ ਪਿੰਡ 'ਚ ਕੋਈ ਵੀ ਨਹੀਂ ਇੱਥੇ ਕਥਾ ਸੁਣਦਾ। ਬਸ ਅਸੀਂ ਕਰੂਆ ਮਿਣਸ ਕੇ ਮੱਥਾ ਟੇਕ ਦਿੰਦੇ ਹਾਂ। ਬਸ ਇੰਨਾ ਪਤਾ ਵੀ ਇਸ ਵਰਤ ਰੱਖਣ ਦੇ ਨਾਲ ਆਪਣੇ ਸਰੀਰ ਨੂੰ ਬਹੁਤ ਬੈਨੀਫਿਟ ਹੁੰਦਾ ਆ, ਪੇਟ ਨੂੰ ਆਰਾਮ ਮਿਲਦਾ ਜੋ ਅਸੀਂ ਖਾਂਦੇ ਹਾਂ ਡੇਲੀ ਠੂਸ ਠੂਸ ਕੇ। ਹਫ਼ਤੇ 'ਚ ਇੱਕ ਵਰਤ ਜ਼ਰੂਰ ਹੋਣਾ ਚਾਹੀਦਾ। ਇੱਕ ਹੋਰ ਬੈਨੀਫਿਟ ਆ ਵਰਤ ਦਾ, ਜਿਹੜਾ ਆਪਾਂ ਆਪਣੇ ਅੰਦਰ ਚਰਬੀ ਜਮ੍ਹਾਂ ਹੋਈ ਹੁੰਦੀ ਆ, ਫਿਰ ਬੋਡੀ ਉਹਦਾ ਯੂਜ਼ ਕਰਦੀ ਆ ਉਸ ਦਿਨ। ਇੱਥੇ ਹਰਪ੍ਰੀਤ ਅਤੇ ਮਨਦੀਪ ਨੇ ਦੋਵਾਂ ਨੇ ਵਾਰੋ ਵਾਰੀ ਕਰੂਆ ਮਿਣਸ ਕੇ ਫਿਰ ਮੱਥਾ ਟੇਕਿਆ। ਹੁਣ ਫਿਰ ਸੱਸ ਨੂੰ ਪੂਜਣ ਦੀ ਵਾਰੀ ਆ ਗਈ, ਹੁਣ ਮੇਰੀ ਵਾਰੀ। ਦੋਵਾਂ ਨੇ ਮੈਨੂੰ ਸੂਟ ਦਿੱਤੇ ਨਾਲ ਪੱਗ ਲਾ ਕੇ, ਨਾਲੇ ਕਰੂਆ ਜਿਹੜਾ ਦਿੰਦੇ ਹੁੰਦੇ ਨੇ, ਡਬਲ ਫਾਇਦਾ ਦੋ ਬੰਗੂਆਂ ਨੇ। ਇਹ ਵੱਡੀ ਆ ਪਰ ਕਲਿੱਪ ਅੱਗੇ ਪਿੱਛੇ ਲੱਗ ਗਈ। ਰਾਤ ਨੂੰ ਕੁਛ ਦਿਸਿਆ ਤਾਂ ਹੈ ਨਹੀਂ, ਪਰ ਫਿਰ ਵੀ ਮੈਂ ਇੱਕ ਪਿੱਕ ਬਣਾ ਕੇ ਲਾਤੀ ਸੀ। ਸਵੇਰਾ ਨੂੰ ਵੀ ਬਹੁਤ ਚੌ ਸੀ,